ਸਾਡੇ ਪਿੰਡਾਂ ਦੀ ਬੋਲੀ ਆ ਮੰਤਰ ਭੁੱਲ ਗਈ ਵੇ ਨਾਗ ਛੇੜ ਕੇ ਕਾਲਾ। ਕੈਪਟਨ ਅਮਰਿੰਦਰ ਸਿੰਘ ਨਾਲ ਦੂਜੀ ਵਾਰ ਵਾਪਰ ਗਿਆ, ਵਾਪਰ ਕਿਸੇ ਨਾਲ ਵੀ ਸਕਦਾ। ਲੇਕਿਨ ਕੈਬਨਿਟ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਤੇ ਸੁਨੀਲ ਜਾਖੜ ਨਾਲ ਸਿੱਧੇ ਸਿੱਧੇ ਗਰਮਜੋਸ਼ੀ ਕੈਪਟਨ ਅਮਰਿੰਦਰ ਸਿੰਘ ਲਈ 2 ਮਹੀਨੇ ਲੰਬੇ ਕਲੇਸ਼ 'ਚ ਬਦਲੀ। ਤੇ ਹੁਣ 2 MLAs ਦੇ ਬੱਚਿਆਂ ਨੂੰ ਵੱਡੀ ਨੌਕਰੀ ਦੇਣ ਤੋਂ ਬਾਅਦ ਅੰਦਰ ਫਿਰ ਕਲੇਸ਼ ਪੈ ਗਿਆ ਤੇ ਐਤਕਾਂ ਫਿਰ ਕਲੇਸ਼ ਉਹਨਾਂ ਹੀ ਲੋਕਾਂ ਨੇ ਪਾਤਾ ਜਿਹੜੇ ਪਹਿਲਾਂ ਵੀ ਉਸੇ ਹੀ ਰਾਹ ਤੇ ਸੀਗੇ। 5 ਮੰਤਰੀ ਅੰਦਰ ਕਹਿ ਆਉਂਦੇ ਆ ਜੋ ਕਹਿ ਆਉਂਦੇ ਆ, ਰੌਲਾ ਪੈਂਦਾ ਰਹਿੰਦਾ। ਲੇਕਿਨ ਕੱਲ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਵੀ ਆਪਣੇ ਭੱਥੇ ਦੇ ਤੀਰ ਕੱਢ ਮਾਰਦੇ ਤੇ ਉਧਰਲੇ ਬੰਨੇ ਫਤਿਹਗੜ੍ਹ ਸਾਹਿਬ ਦੀ ਧਰਤੀ ਵੱਲੋਂ ਕੁਲਜੀਤ ਨਾਗਰਾ ਜਿਹੜਾ ਰਾਹੁਲ ਗਾਂਧੀ ਦੀ ਬ੍ਰਿਗੇਡ ਦਾ ਬੰਦਾ ਪੁਰਾਣਾ ਤੇ ਦੂਜਾ ਰਾਹੁਲ ਗਾਂਧੀ ਬ੍ਰਿਗੇਡ ਦਾ ਬੰਦਾ ਰਾਜਾ ਵੜਿੰਗ, ਉਹ ਵੀ ਅੜਿੰਗ ਬੜਿੰਗ ਹੋ ਜਾਂਦੇ ਆ ਦੋਨੇ ਹੀ। ਤੇ ਹੁਣ ਕੈਪਟਨ ਅਮਰਿੰਦਰ ਸਿੰਘ ਲਈ ਇੱਕ ਵਾਰੀ ਨਵੀਂ ਲੜਾਈ ਛਿੜ ਗਈ ਤੇ ਸੱਚਿਓ ਇਹ ਨਾਗ ਛੇੜ ਲਿਆ ਤੇ ਮੰਤਰ ਭੁੱਲ ਗਈ ਵਾਲੀ ਗੱਲ ਆ। ਭਾਸਕਰ ਸਾਹਿਬ ਦੋਨੇ ਹੀ ਗੱਲਾਂ ਦੱਸਿਓ, ਆਖਰ ਵਾਪਰਿਆ ਕੀ? ਲੇਕਿਨ ਇੱਕ ਸਾਡੇ ਕੋਲ ਬਹੁਤ 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 ਪੁਖਤਾ ਖਬਰ ਹੈ ਕਿ ਆਖਰ ਉਹਨਾਂ MLAs ਦੇ ਉੱਤੇ ਇਹ ਵੀ ਪ੍ਰੈਸ਼ਰ ਆ ਰਿਹਾ ਕਿ ਤੁਸੀਂ ਅਸਵੀਕਾਰ ਕਰ ਦਿਓ ਇਹ ਅਹੁਦੇ ਲੈਣੇ ਤਾਂ ਕਿ ਗੱਲ ਗਈ ਆਈ ਹੋ ਜੇ ਤੇ ਖਲਾਸੀ ਸਰਕਾਰ ਦੀ ਹੋ ਜੇ। ਕਿੱਥੋਂ ਕਿੱਥੋਂ ਗੱਲ ਨਿਕਲੀ ਤੇ ਕਿੱਧਰ ਨੂੰ ਤੁਰੀ ਅੱਗੇ ਜਾ ਕੇ ਕਰਦੇ ਆ। ਲੇਕਿਨ ਰਾਤ ਦੇ ਹਨੇਰੇ 'ਚ ਕੈਪਟਨ ਅਮਰਿੰਦਰ ਸਿੰਘ ਵੀ ਰਾਜਾ ਮੂਡ ਦੇ ਵਿੱਚ ਆ ਕੇ ਮਹਾਰਾਜਾ ਸਟਾਈਲ 'ਚ ਇੱਕ ਟਵੀਟ ਮਾਰਦੇ, ਉਹਦਾ ਵੀ ਜ਼ਿਕਰ ਕਰਦੇ ਆ। ਭਾਸਕਰ ਸਾਹਿਬ ਜਰਾ ਮੈਨੂੰ ਘੁਮਾ ਫਰਾ ਕੇ ਨਹੀਂ ਸਿੱਧੀ ਸਿੱਧੀ ਦੱਸਿਓ ਜਲੇਬੀ ਵਾਂਗ ਕੀ ਹੋਇਆ। ਰੰਧਾਵਾ ਜੀ, ਪਰਸੋਂ ਕੈਬਨਿਟ ਦੀ ਮੀਟਿੰਗ ਵਿੱਚ ਫੈਸਲਾ ਹੋਇਆ ਸੀਗਾ ਕਿ 2 MLAs ਦੇ ਮੁੰਡੇ, ਯਾਨੀ ਰਾਕੇਸ਼ ਪਾਂਡੇ ਲੁਧਿਆਣੇ ਤੋਂ ਜਿਹੜੇ MLA ਹੁੰਦੇ ਸੀਗੇ ਤੇ ਫਤਿਹ ਸਿੰਘ ਬਾਜਵਾ ਜੋ ਕਾਂਗਰਸ ਦੇ MLA ਤੇ ਹੈਗੇ, ਉਹਨਾਂ ਦੇ ਬੇਟੇ ਨੂੰ ਇੰਸਪੈਕਟਰ ਦੀ ਪੋਸਟ ਤੇ ਰਾਕੇਸ਼ ਪਾਂਡੇ ਦੇ ਬੇਟੇ ਨੂੰ ਨਾਇਬ ਤਹਿਸੀਲਦਾਰ ਦੀ ਪੋਸਟ। ਹਾਲਾਂਕਿ ਜਦ ਇਹ ਗੱਲ ਤੁਰੀ ਸੀਗੀ ਉਸ ਟਾਈਮ ਇਹ ਮੰਨਿਆ ਜਾਂਦਾ ਸੀਗਾ ਵੀ ਜਿਹੜੇ ਫਤਿਹ ਸਿੰਘ ਬਾਜਵਾ ਦੇ ਮੁੰਡੇ ਨੂੰ ਤੇ DSP ਦੀ ਪੋਸਟ ਆਫਰ ਕੀਤੀ ਗਈ ਸੀ, ਉਹ ਰਾਕੇਸ਼ ਪਾਂਡੇ ਦੇ ਮੁੰਡੇ ਨੂੰ DSP ਦੀ ਤਹਿਸੀਲਦਾਰ ਦੀ ਪੋਸਟ ਕੀਤੀ ਗਈ ਸੀ। ਪਰ ਥੋੜੀ ਜਿਹੀ ਡਿਮੋਸ਼ਨ ਕਰਦੇ ਹੋਏ ਪਰਸੋਂ ਇਹ ਫੈਸਲਾ ਆ ਗਿਆ। ਜਦ ਇਹ ਫੈਸਲਾ ਆ ਰਿਹਾ ਸੀਗਾ ਤੇ ਪੰਜ ਮੰਤਰੀਆਂ ਨੇ, ਚਾਰ ਜਿਹਦੇ ਵਿੱਚੋਂ ਮਾਝੇ ਦੇ ਸੀਗੇ ਜਿੱਥੇ ਤੁਸੀਂ ਰਹਿੰਦੇ ਹੋ, ਉਹ ਚਾਰਾਂ ਦਾ ਗਰੁੱਪ ਹੁਣ ਏਦਾਂ ਦਾ ਪੱਕਾ ਬਣ ਗਿਆ ਕਿ ਵੀ ਜੋ ਵੀ ਵਿਰੋਧ ਕਰਦੇ ਇਕੱਠੇ ਕਰਦੇ ਆ। ਤੇ ਪੰਜਵੀਂ ਸੀਗੀ ਰਜ਼ੀਆ ਸੁਲਤਾਨਾ, ਮਲੇਰਕੋਟਲਾ ਦੀ ਜਿਹੜੀ MLA ਹੈਗੀ ਹੈ ਔਰ ਮੰਤਰੀ ਵੀ ਹੈਗੀ ਹੈ, ਉਹਨਾਂ ਨੇ ਇਹਦਾ ਪੁਰਜ਼ੋਰ ਵਿਰੋਧ ਕੀਤਾ। ਪਰ ਉਸ ਵਿਰੋਧ ਦੇ ਬਾਵਜੂਦ ਵੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫੈਸਲਾ ਅੜਿਗ ਰੱਖਿਆ ਔਰ ਅੱਗੇ ਤੁਰੇ, ਉਹ ਕੈਬਨਿਟ ਨੇ ਪਾਸ ਵੀ ਕਰਤਾ। ਉਸ ਤੋਂ ਬਾਅਦ ਮੰਨਿਆ ਜਾ ਰਿਹਾ ਸੀਗਾ ਕਿ ਹੁਣ ਜਿਹੜਾ ਵਿਰੋਧ ਹੋਏਗਾ ਉਹ ਅਕਾਲੀਆਂ ਵੱਲੋਂ ਹੋਏਗਾ ਜਾਂ ਆਪੋਜੀਸ਼ਨ ਪਾਰਟੀ ਵੱਲੋਂ ਹੋਏਗਾ, ਉਹ ਵਿਰੋਧ ਤੇ ਹੋਇਆ। ਨਾਲ ਦੇ ਨਾਲ ਕੱਲ 9 ਵਜੇ ਤੋਂ ਬਾਅਦ ਤਕਰੀਬਨ 9:30 ਹੋਣਗੇ ਜਦ ਜਾਖੜ ਉਹਨਾਂ ਦਾ ਪ੍ਰੈਸ ਨੋਟ ਆਇਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਓਪਨਲੀ ਇਹ ਗੱਲ ਕਹੀ ਕਿ ਕੈਪਟਨ ਸਾਹਿਬ ਨੂੰ ਇਹ ਆਪਣਾ ਡਿਸੀਜਨ ਰਿਵਿਊ ਕਰਨਾ ਚਾਹੀਦਾ, ਇਹ ਗਲਤ ਹੈਗਾ ਕਿ MLA ਦੇ ਮੁੰਡਿਆਂ ਨੂੰ, ਫਲੋਰਿਸ਼ ਬੰਦਿਆਂ ਨੂੰ ਜਿਹੜੇ ਆਰਥਿਕ ਪੱਖੋਂ ਬੜੇ ਫਲੋਰਿਸ਼ ਵੀ ਹੈਗੇ, ਉਹਨਾਂ ਦੇ ਮੁੰਡਿਆਂ ਨੂੰ ਜੋਬ ਦੇਵੇ। ਪਰ ਉਸ ਤੋਂ ਬਾਅਦ ਰਾਤੀ 11:00 ਕੈਪਟਨ ਉਹਨਾਂ ਨੇ ਵੀ ਇੱਕ ਟਵੀਟ ਛੱਡਿਆ। ਉਸ ਟਵੀਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਕੋਈ ਕੁਸ਼ਚਨ ਹੀ ਨਹੀਂ ਉੱਠਦਾ, ਕੋਈ ਸਵਾਲ ਹੀ ਨਹੀਂ ਉੱਠਦਾ ਕਿ ਮੈਂ ਆਪਣੇ ਇਸ ਡਿਸੀਜਨ ਨੂੰ ਵਾਪਸ ਲਵਾਂ। ਉਹ ਇਹ ਤੇ ਇੱਕ ਬੜਾ ਛੋਟਾ ਜਿਹਾ ਇੱਕ ਟੋਕਨ ਹੈ ਜਿਹੜੇ ਉਹਨਾਂ ਦੇ ਗ੍ਰੈਟੀਟਿਊਡ ਵਾਸਤੇ ਅਸੀਂ ਸ਼ੋਅ ਕੀਤਾ। ਹਜੇ ਤੇ ਸ਼ਾਇਦ ਉਹਨਾਂ ਦਾ ਕਹਿਣ ਦਾ ਢੰਗ ਆਇਆ ਸੀਗਾ ਕਿ ਅੱਗੇ ਤੇ ਅਸੀਂ ਹੋਰ ਕੁਛ ਵੀ, ਬਹੁਤ ਕੁਛ ਵੀ ਦੇਣਾ ਹੈ। ਪਰ 2 MLAs ਦੀ ਲਾਇਲਟੀ ਨੂੰ ਖਰੀਦਣ ਵਾਸਤੇ ਏਦਾਂ ਦਾ ਡਿਸੀਜਨ, ਉਹ ਵੀ ਤਦ ਜਦ ਟੀਚਰ ਹੋਰ ਬੇਰੁਜ਼ਗਾਰ ਯੁਵਕ ਟੈਂਕੀਆਂ ਤੇ ਚੜੇ ਹੋਏ ਨੇ, ਉਹ ਨੌਕਰੀਆਂ ਮੰਗਦੇ ਨੇ ਔਰ ਉਹ ਨੌਕਰੀਆਂ ਅੱਜ ਦੀ ਨਹੀਂ ਮੰਗਦੇ, ਪਿਛਲੇ 4-4.5 ਸਾਲ ਹੋ ਗਏ ਉਹਨਾਂ ਨੂੰ ਲਗਾਤਾਰ ਪ੍ਰੋਟੈਸਟ ਕਰਦੇ ਹੋਏ, ਲਾਠੀਆਂ ਖਾਂਦੇ ਹੋਏ, ਪੁਲਿਸ ਦੀ ਮਾਰ ਖਾਂਦੇ ਹੋਏ, ਪਰ ਉਹਨਾਂ ਦੀ ਅੱਜ ਤੱਕ ਕਿਸੇ ਨੇ ਨਹੀਂ ਸੁਣੀ। ਪਰ ਕੈਪਟਨ ਸਾਹਿਬ ਨੂੰ 1987 ਦੇ ਵਿੱਚ ਸ਼ਹਾਦਤ ਪਾਏ ਹੋਏ ਲੋਕਾਂ ਦੇ ਜਾਂ ਲੀਡਰਾਂ ਦੇ ਜਾਂ ਕਾਂਗਰਸੀਆਂ ਦੇ ਪੋਤਿਆਂ ਦੀ ਯਾਦ ਹੁਣ ਜ਼ਰੂਰ ਆਈ। ਔਰ ਜਿਸ ਤਰ੍ਹਾਂ ਤੁਸੀਂ ਕੱਲ੍ਹ ਵੀ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਹਾ ਸੀਗਾ ਕਿ ਵੀ 100-150 ਕਰੋੜ ਦੀ ਤੇ ਪ੍ਰੋਪਰਟੀ ਹੈਗੀ ਹੈ, 2-3 ਕਰੋੜ ਦੀ ਤੇ ਗੱਡੀਆਂ 'ਚ ਘੁੰਮਦੇ ਨੇ ਕਾਕੇ ਜਿਹੜੇ ਇੰਸਪੈਕਟਰ ਲੱਗੇ ਨੇ। ਹੁਣ ਉਹ ਕਾਕੇ ਜਦ SHO ਬਣ ਕੇ ਥਾਣਿਆਂ ਦੇ ਵਿੱਚ ਜਾਣਗੇ ਤੇ 1-1.5 ਕਰੋੜ ਦੀ ਗੱਡੀ ਜਾਣਗੇ ਤੇ ਉਹ ਕੀ ਲੋਕਾਂ ਨੂੰ ਨਿਆਂ ਦੇਣਗੇ, ਕਿਉਂਕਿ ਉਹ ਖੁਦ ਹੀ ਇਨਜਸਟਿਸ ਦੇ ਰਾਹੀਂ ਆਪਣੀ ਨੌਕਰੀ ਲੈ ਕੇ ਆਏ ਨੇ। ਪਰ ਇਹ ਹੁਣ ਗੱਲ ਬਹੁਤ ਅੱਗੇ ਤੱਕ ਜਾਏਗੀ। ਜਾਖੜ ਸਾਹਿਬ ਦੇ ਬਿਆਨ ਦਾ ਤੁਸੀਂ ਇਹ ਨਾ ਸੋਚੋ ਰੰਧਾਵਾ ਸਾਹਿਬ ਕਿ ਉਹਨਾਂ ਨੇ ਐਂ ਟਵੀਟ ਛੱਡਤਾ। ਪਹਿਲਾਂ ਟਾਈਮਿੰਗ ਦੇਖੋ 9:30 ਯਾਨੀ ਹੋ ਸਕਦਾ ਹੈ ਉਹਨਾਂ ਨੂੰ ਇਸ ਪ੍ਰੈਸ ਨੋਟ ਛੱਡਣ ਵਾਸਤੇ ਜਾਂ ਪ੍ਰੈਸ ਨੋਟ ਵਾਸਤੇ ਕਿਸੇ ਨੇ ਕਿਹਾ ਹੋਏ, ਯਾਨੀ ਕਿਸੇ ਨੇ ਦੀ ਗੱਲ ਆਉਂਦੀ ਹੈ ਹਾਈ ਕਮਾਂਡ ਨੇ।
ਯਾਨੀ ਹਾਈ ਕਮਾਨ ਨੇ ਇਹ ਨਿਰਦੇਸ਼ ਦਿੱਤੇ ਹੋਣ ਕਿ ਪੀਪੀਸੀਸੀ ਪ੍ਰਧਾਨ ਦੀ ਪੋਸਟ ਨਾਲ ਤੁਸੀਂ ਨਿਆਂ ਕਰਦੇ ਹੋਏ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਚੱਲੋ। ਹੁਣ ਇਹ ਅੰਦਰ ਦੀ ਗੱਲ ਕੀ ਹੈ ਇਹ ਤਾਂ ਨਹੀਂ ਪਤਾ, ਪਰ ਮੁੱਖ ਮੰਤਰੀ ਨੇ ਵੀ ਉਹ ਜਿੱਦਾਂ ਤੁਸੀਂ ਕਿਹਾ ਕਿ ਰਾਜਾ ਵਾਲਾ ਐਟੀਟਿਊਡ ਅਪਣਾਉਂਦੇ ਹੋਏ, ਉਹ ਕਹਿੰਦੇ ਵੀ ਮਤਲਬ ਹੀ ਨਹੀਂ ਹੁੰਦਾ ਮੈਂ ਇਸ ਫੈਸਲੇ ਨੂੰ ਵਾਪਸ ਲੈਣਾ, ਅੱਗੇ ਚੱਲ ਕੇ ਕੀ ਲੈਂਦੇ ਆ ਫੈਸਲੇ ਨੂੰ ਵਾਪਸ ਕਿ ਨਹੀਂ, ਇਹ ਤੇ ਬਾਅਦ ਚੋਂ ਦੇਖਿਆ। ਟਾਈਮ ਰਾਤੀ 11 ਵਜੇ ਦਾ ਸੀਗਾ ਔਰ ਉਹ ਵੀ ਮੁੱਖ ਮੰਤਰੀ ਦਾ ਟਵੀਟ, ਉਹ ਵੀ ਏਦਾਂ ਦਾ ਕਿ ਵੀ ਮਤਲਬ ਹੀ ਨਹੀਂ ਹੁੰਦਾ, ਸਵਾਲ ਹੀ ਪੈਦਾ ਨਹੀਂ ਹੁੰਦਾ ਮੈਂ ਵਾਪਸ ਆਵਾਂ। ਮੇਰੇ ਖਿਆਲ ਉਹਦੇ ਚ ਇੱਕ ਸ਼ਬਦ ਸ਼ੇਮਫੁੱਲ ਵੀ ਵਰਤਿਆ ਹੋਇਆ। ਹਾਂ, ਉਹਦੇ ਵਿੱਚ ਸ਼ੇਮਫੁੱਲ ਵੀ ਵਰਤਿਆ ਹੋਇਆ ਕਿ ਬੜਾ ਸ਼ੇਮਫੁੱਲ ਹੈਗਾ ਕਿ ਏਦਾਂ ਦੇ ਫੈਸਲਿਆਂ ਨੂੰ ਕਈ ਲੋਕੀ ਪੋਲੀਟੀਕਲ ਕਲਰਸ ਦਿੰਦੇ, ਕਈ ਲੋਕਾਂ ਦੇ ਵਿੱਚ ਅਕਾਲੀ ਵੀ ਆ ਜਾਂਦੇ ਨੇ, ਮਜੀਠੀਆ ਉਹਨਾਂ ਨੇ ਵੀ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ, ਪਰ ਜਾਖੜ ਸਾਹਿਬ ਵੀ ਉਹਨਾਂ ਲੋਕਾਂ ਦੇ ਵਿੱਚ ਹੀ ਆ ਜਾਂਦੇ ਨੇ ਕਿ ਕਈ ਲੋਕੀ ਇਹਨੂੰ ਪੋਲੀਟੀਕਲ ਕਲਰਸ ਦੇ ਰਹੇ ਨੇ। ਹਜੇ ਤੇ ਪੋਲੀਟੀਕਲ ਕਲਰਸ ਦੇਣੇ ਸ਼ੁਰੂ ਕੀਤੇ ਨੇ ਕਾਂਗਰਸੀਆਂ ਨੇ, ਰਾਜਾ ਵੜਿੰਗ ਉਹਨਾਂ ਵੀ ਕੱਲ ਖੁੱਲ ਕੇ ਸਾਹਮਣੇ ਆਏ ਕਿ ਵੀ ਉਹ ਇੱਥੇ ਤੱਕ ਕਹਿਤਾ ਕਿ ਜਿਹੜੇ MLA ਦੇ ਮੁੰਡਿਆਂ ਨੂੰ ਨੌਕਰੀਆਂ ਦਿੱਤੀਆਂ, ਕਿਰਪਾ ਕਰਕੇ ਉਹ ਕੋਈ ਵੀ ਏਦਾਂ ਦੀ ਨੌਕਰੀ ਨੂੰ ਐਕਸੈਪਟ ਨਾ ਕਰਨ। ਦੂਜੇ ਪਾਸੇ ਕੁਲਜੀਤ ਨਾਗਰਾ ਉਹਨਾਂ ਨੇ ਵੀ ਸੇਮ ਗੱਲ ਕਹੀ ਹੈ, ਨਵਜੋਤ ਕੌਰ ਸਿੱਧੂ ਉਹਨਾਂ ਵੀ ਖੁੱਲ ਕੇ ਇਸ ਮੁੱਦੇ ਤੇ ਸਾਹਮਣੇ ਆਏ ਨੇ। ਹਜੇ ਤੇ ਆਨੇ ਸ਼ੁਰੂ ਹੋਏ ਨੇ, 5 ਮੰਤਰੀਆਂ ਤੋਂ ਗੱਲ ਸ਼ੁਰੂ ਹੋਈ ਸੀ, ਹੁਣ ਨਾਲ ਦੇ ਨਾਲ MLA ਜੁੜਦੇ ਜਾ ਰਹੇ ਨੇ ਔਰ 22 ਤਰੀਕ ਦਾ ਜਿਹੜਾ ਫੈਸਲਾ ਹਾਈਕਮਾਨ ਵੱਲੋਂ ਆਉਣਾ ਹੈ ਉਹਦੀ ਇੱਕ ਨੀਂਹ ਜੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ। ਮੈਂ ਦੋਸਤੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਇਮੈਜੀਨੇਸ਼ਨ ਕਿਸੇ ਦੇ ਪਿਓ ਦੀ ਨਹੀਂ ਹੁੰਦੀ, ਕਲਪਨਾ ਕਿਸੇ ਦੀ ਖਰੀਦੀ ਹੋਈ ਨਹੀਂ ਹੁੰਦੀ। ਮੈਂ ਵੀ ਕਰ ਸਕਦਾ ਤੇ ਮੈਂ ਕਲਪਨਾ ਜੀ ਕਰਦਾ ਸੀ ਕਿ ਰਾਤੀ ਮਹਾਰਾਜਾ ਸਾਹਿਬ ਸਕੋਚ ਦੇ ਸਿਪ ਸਿਪ ਦੇ ਨਾਲ ਸੋਚਦੇ ਹੋਣੇ ਆ ਕਿ ਕੱਲ ਤੱਕ ਜਿਹੜੇ ਬੰਦੇ ਮੈਨੂੰ ਪੁੱਛੇ ਬਿਨਾ ਉੱਠਦੇ ਨਹੀਂ ਸੀ, ਕੁਰਸੀਆਂ ਤੋਂ ਬਹਿੰਦੇ ਨਹੀਂ ਸੀ, ਅੱਜ ਮੈਨੂੰ ਅੱਖਾਂ ਵਿਖਾਉਂਦੇ ਆ, ਮੇਰੇ ਨਾਲ ਗੱਲ ਵੀ ਨਹੀਂ ਕਰਦੇ। ਤੁਹਾਨੂੰ ਯਾਦ ਹੋਣਾ ਇੱਕ ਵਾਰੀ ਸੁਨੀਲ ਜਾਖੜ ਮਿਲਣ ਗਏ ਸੀ, ਅਗਲਿਆਂ ਮਿਲਣ ਹੀ ਨਹੀਂ ਸੀ ਦਿੱਤਾ, ਅੰਦਰ ਹੀ ਨਹੀਂ ਸੀ ਬਣ ਦਿੱਤਾ, ਮਿਲਣ ਕੀ ਦੇਣਾ ਸੀਗਾ। ਉਹ ਚੁੱਪ ਚਪੀਤੇ ਰੁੱਸ ਕੇ ਦਿੱਲੀ ਨੂੰ ਤੁਰ ਗਏ। ਹੁਣ ਦਿੱਲੀ ਤਾਂ ਸਾਰਿਆਂ ਨੂੰ ਸਹਿ ਲੈਂਦੀ ਹੈ ਨਾ, ਉੱਥੇ ਘੁੰਮ ਘੁਮਾ ਕੇ ਘੇਰਿਆਂ ਪਾਰਕਾਂ 'ਚ ਮੁੜ ਆਉਂਦੇ ਨੇ, ਕੀ ਕਰਨ। ਦੁੱਖ ਚੰਦਰੇ ਨੇ, ਤੁਹਾਨੂੰ ਤਾਂ ਇੰਝ ਲੱਗਦਾ ਸਿਆਸੀ ਬੰਦੇ ਬੜੇ ਸੌਖੇ ਹੁੰਦੇ ਆ, ਬੜੇ ਔਖੇ ਹੁੰਦੇ ਜੇ ਤੁਸੀਂ ਉਹਨਾਂ ਨਾਲ ਝੱਟ ਰੁੱਸ ਜਾਂਦੇ ਹੋ, ਭਾਵੇਂ ਪਿੰਡ ਦੇ ਪੰਚ ਸਰਪੰਚ ਨਾਮ ਹੀ ਹੋਵੋ, ਆਮ ਬੰਦੇ ਹੋਵੋ, ਵੋਟਾਂ ਨਹੀਂ ਪਾਈਆਂ ਤੈਨੂੰ। ਇਹ ਜਿਹੜੇ ਵਰਤਾਰੇ ਆ ਨਾ ਇਹਨਾਂ ਦੇ ਵਿੱਚ ਪੋਲੀਟੀਸ਼ੀਅਨਸ ਦਾ, ਕਦੇ ਦੁੱਖ ਜਾਣਿਆ ਕਰੋ। ਉਹਨਾਂ ਘੇਰਿਆਂ ਦੇ ਵਿੱਚ ਕੋਈ ਨਹੀਂ ਜੇ ਸੁਣਦਾ, ਕੋਈ ਨਹੀਂ ਜੇ ਪੁੱਛਦਾ। ਇਹ ਵੱਡੇ ਵੱਡੇ ਚਿਹਰੇ ਇੰਨੇ ਇੰਨੇ ਹੋ ਜਾਂਦੇ ਆ, ਅਗਲੇ ਮਿਲਦੇ ਹੀ ਨਹੀਂ, ਨਿਕਲਦੇ ਹੀ ਨਹੀਂ ਘਰਾਂ ਤੋਂ। ਲੇਕਿਨ ਜੇ ਦੂਜੇ ਬੰਨਿਓ ਦੇਖੀਏ, ਕੈਪਟਨ ਸਾਹਿਬ ਸੋਚਦੇ ਹੋਣੇ ਆ ਇਹ ਸਾਰੇ ਹੱਥੀ ਪਾਲੇ ਅੱਜ ਕਿੱਦਾਂ ਅੱਖਾਂ ਵਿਖਾਉਂਦੇ। ਇਹੀ ਤਾਂ ਕਹਿੰਦੇ ਲੋਬਿੰਗ, ਉਹ 5 ਮੰਤਰੀ ਬਹਿ ਥੋੜੀ ਗਏ ਹੋਣੇ ਜਿਨ੍ਹਾਂ ਨੇ ਅੰਦਰ ਵਿਰੋਧ ਕੀਤਾ, ਉਹ ਬਾਹਰ ਜਾ ਕੇ ਫੈਲ ਗਏ। ਹੁਣ ਕਿੱਧਰੋਂ ਕਿੱਧਰੋਂ ਕੋਈ ਬਠਿੰਡੇ ਵਾਲੇ ਪਾਸਿਓਂ, ਉਹ ਗਿੱਦੜਬਾਹੇ ਤੋਂ, ਦੂਜੇ ਬੰਨੇ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ, ਇੱਧਰਲੇ ਬੰਨੇ ਸੁਨੀਲ ਜਾਖੜ ਬੋਹਰ ਵੱਲੋਂ ਜਿਹੜੇ ਸਾਰੇ ਪੰਜਾਬ ਨੂੰ ਘੇਰੀ ਫਿਰਦੇ, ਕਿੱਥੋਂ ਕਿੱਥੋਂ ਬੰਬਾਰਮੈਂਟ ਹੋ ਰਹੀ ਹੈ। ਲੇਕਿਨ ਹੋ ਸਕਦਾ ਰਾਤ ਦੇ ਹਨੇਰੇ 'ਚ ਕੋਈ ਹੋਰ ਰੱਸੇ ਪੈੜੇ ਵੀ ਵੱਟੇ ਜਾ ਰਹੇ ਹੋਣ। ਇੰਝ ਵੀ ਤਾਂ ਹੋ ਸਕਦਾ ਹੈ ਕਿ ਜਿਹੜੇ MLAs ਨੂੰ ਇਹ ਤੋਹਫੇ ਦਿੱਤੇ ਗਏ ਆ, ਤੋਹਫੇ ਤਾਂ ਹੁੰਦੇ ਆ ਦੇਣ ਲਈ, ਲੇਕਿਨ ਅਗਲੇ ਦੀ ਮਰਜ਼ੀ ਸਵੀਕਾਰ ਕਰੇ ਕਿ ਨਾ, ਜੇ ਕਿਹੜਾ ਜੁਆਇਨਿੰਗ ਹੋ ਗਈ। ਸੁਣਿਆ ਹੈ ਕਿ ਕੈਪਟਨ ਸਾਹਿਬ ਫੈਸਲਾ ਨਹੀਂ ਬਦਲਣਗੇ, ਰੌਲਾ ਹੁਣ ਪੈ ਗਿਆ, ਨਹੀਂ ਬਦਲਣਗੇ। ਕਿਉਂ, ਕਦੋਂ ਬਦਲਦੇ ਫੈਸਲੇ ਅਸੀਂ, ਕਿਉਂ ਬਦਲਣਗੇ, ਭਾਵੇਂ ਪੰਜਾਬ ਸਾਰਾ ਲੁੱਟਿਆ ਜਾਵੇ, ਕੀ ਫਰਕ ਪੈਂਦਾ, ਫੈਸਲਾ ਹੈ ਨਾ। ਲੇਕਿਨ ਉਹ ਤਾਂ ਬਦਲ ਸਕਦੇ ਆ ਜਿਨ੍ਹਾਂ ਨੇ ਕੁਝ ਲੈਣਾ ਸੀ ਕਿ ਨਹੀਂ ਮਾਈ ਬਾਪ ਸਾਨੂੰ ਲੋੜ ਨਹੀਂ ਜੀ, ਰਹਿਣ ਦਿਓ ਜੀ, ਇਹ ਤੁਸੀਂ ਲੋੜਵੰਦਾਂ ਨੂੰ ਦਿਓ, ਕੁਰਬਾਨੀ ਹੋ ਜੂ ਨਾ ਜੀ। ਭਾਸਕਰ ਸਾਹਿਬ, ਕੁਰਬਾਨੀ ਤਾਂ ਹੋ ਹੀ ਸਕਦੀ ਆ, ਉੱਤੇ ਕਿਹੜੀ ਰੋਕ ਲੱਗੀ ਹੈ ਜੀ? ਕੁਰਬਾਨੀ ਤੇ ਹੁਣ ਜਿੱਦਾਂ ਪਹਿਲੇ ਵੀ ਤੁਹਾਨੂੰ ਯਾਦ ਹੋਏਗਾ, ਬੇਅੰਤ ਸਿੰਘ ਉਹਨਾਂ ਦੇ ਪੋਤੇ ਨੂੰ ਵੀ DSP ਦੀ ਪੋਸਟ ਦਿੱਤੀ ਗਈ ਸੀ। ਉਸ ਤੋਂ ਪਹਿਲੇ BIS ਚਾਲ ਜਿਹੜੇ ਮੀਡੀਆ ਐਡਵਾਈਜ਼ਰ ਸੀਗੇ, ਭਰਤਿੰਦਰ ਸਿੰਘ ਚਾਲ ਉਹਨਾਂ ਦੇ ਮੁੰਡੇ ਨੂੰ ਵੀ DSP ਦੀ ਪੋਸਟ ਦਿੱਤੀ ਗਈ ਸੀ, ਪਰ ਉਹ ਡਿਸੀਜਨ ਵੀ ਆਖਿਰ ਵਿੱਚ ਖਾਰਜ ਕਰ ਦਿੱਤਾ ਗਿਆ ਸੀਗਾ। ਹੁਣ ਇਸ ਡਿਸੀਜਨ ਦੇ ਵਿੱਚ ਫਤਿਹ ਸਿੰਘ ਬਾਜਵਾ, ਰਾਕੇਸ਼ ਪਾਂਡੇ, ਇਹ ਤੇ ਕਾਫੀ ਟਾਈਮ ਤੋਂ ਇਹ ਗੱਲ ਕੋਸ਼ਿਸ਼ ਕਰ ਰਹੇ ਸੀਗੇ ਵੀ ਕਿਸੇ ਤਰੀਕੇ ਨਾਲ ਸਾਡੇ ਮੁੰਡਿਆਂ ਨੂੰ ਅਗਰ ਨੌਕਰੀ ਲੱਗਦੀ ਹੈ ਤੇ ਅਸੀਂ ਤਾਂ ਹੀ ਕੈਪਟਨ ਸਾਹਿਬ ਦਾ ਸਾਥ ਦੇਵਾਂਗੇ। ਤਾਂ ਹੀ ਤੇ ਕੈਪਟਨ ਸਾਹਿਬ ਨੇ ਉਹਨਾਂ ਦੀ ਲੋਇਲਿਟੀ ਨੂੰ ਖਰੀਦਣ ਵਾਸਤੇ, ਉਹਨਾਂ ਦੀ ਲੋਇਲਿਟੀ ਨੂੰ ਅਰਨ ਕਰਨ ਵਾਸਤੇ ਇਹ ਜਿਹੜਾ ਉਹਨਾਂ ਦੇ ਮੁੰਡਿਆਂ ਨੂੰ ਫੈਸਲੇ ਦੇਣ ਦੀ, ਨੌਕਰੀਆਂ ਦੇਣ ਦੀ ਜਿਹੜਾ ਡਿਸੀਜਨ ਲਿੱਤਾ ਹੈ। ਅਦਰਵਾਈਜ਼ ਤੁਸੀਂ ਦੱਸੋ ਰੰਧਾਵਾ ਜੀ, ਕੋਈ ਲੋੜ ਸੀਗੀ ਉਹਨਾਂ ਨੂੰ ਇੰਸਪੈਕਟਰ ਬਣਨ ਦੀ, ਕੋਈ ਲੋੜ ਸੀਗੀ ਨਾਇਬ ਤਹਿਸੀਲਦਾਰ ਬਣਨ ਦੀ? ਅਰਬਾਂ ਰੁਪਏ, ਕਰੋੜਾਂ ਰੁਪਏ ਉਹਨਾਂ ਕੋਲ ਹੈਗੇ ਨੇ। ਚੰਡੀਗੜ੍ਹ ਦੀ ਕੋਠੀ 30-40 ਕਰੋੜ ਦੀ ਹੈਗੀ ਹੈ ਫਤਿਹ ਸਿੰਘ ਬਾਜਵਾ ਉਹਨਾਂ ਦੀ, ਤੇ ਇਹਦੇ ਵਿੱਚ ਇੱਕ 50,000 ਦੀ 35,000 ਪੰਜਾਬ ਸਰਕਾਰ ਤੇ ਖੈਰ ਤਨਖਾਹ ਵੀ 2-3 ਸਾਲ ਬਹੁਤ ਘੱਟ ਦਿੰਦੀ ਹੈ, 10-15 ਹਜ਼ਾਰ ਹੀ ਦਿੰਦੀ ਹੈ। ਇੰਨੇ ਜੇ ਪੈਸੇ ਵਾਸਤੇ ਉਹਨਾਂ ਨੂੰ ਕੀ ਲੋੜ ਸੀਗੀ ਕਿ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਇੰਨੀ ਟਰਬਲ 'ਚ ਪਾ ਦੇਣ? ਮੈਨੂੰ ਦੱਸੋ ਕੀ ਗੱਲਾਂ ਕਰਦੇ ਹੋ ਸਰ? ਦੇਖੋ, ਸਰਵਿਸ ਸਿਕਿਉਰਿਟੀ ਪਰਿਵਾਰਾਂ ਲਈ ਇੱਕ ਪੂੰਜੀ ਹੁੰਦੀ ਆ,
ਤੁਸੀਂ ਕੀ ਗੱਲਾਂ ਕਰਦੇ ਹੋ ਭਾਸਕਰ ਸਾਹਿਬ? ਉਹ ਕਹਿੰਦੇ ਨਾ ਦਿਨ ਫਿਰਦਿਆਂ ਪਤਾ ਨਹੀਂ ਲੱਗਦਾ, ਖੁਦਾ ਨਾ ਖਾਸਤਾ ਜੇ ਕਿਧਰੇ ਮਾੜੇ ਚੰਗੇ ਦਿਨ ਆ ਜਾਣ, ਘਰ ਦਾ ਇੱਕ ਜੀ ਨੌਕਰੀ ਕਰਦਾ ਹੋਵੇ। ਹੁਣ ਤਾਂ ਇੱਕ ਪੇ ਕਮਿਸ਼ਨ ਵੀ ਲਾਗੂ ਹੋ ਚੱਲਿਆ, ਕਹਿੰਦੇ ਤਨਖਾਹਾਂ 10-10, 20-30 ਹਜ਼ਾਰ ਵੱਧ ਜਾਣੀਆਂ। ਅਗਲਿਆਂ ਨੇ ਨਿੱਠ ਕੇ ਬਹਿ ਕੇ ਰਾਤੀ ਸੋਚਿਆ ਹੋਵੇ ਪਰਿਵਾਰ 'ਚ ਇੱਕ ਅੱਧਾ ਜੀ ਨੌਕਰੀ ਲੈ ਛੱਡੋ, ਆਹ ਜਿਹੜੇ 50-50, 20-20 ਲੱਖ ਰੁਪਏ ਦੇ ਬਿਜ਼ਨਸ ਚੱਲਦੇ, ਇਹਨਾਂ ਦਾ ਕੀ ਪਤਾ ਕਦੋਂ ਡੁੱਬ ਜਾਣਾ। ਪੰਜਾਬ ਦੀ ਇੰਡਸਟਰੀ ਡੁੱਬ ਗਈ, ਸਾਰੇ ਕਾਰੋਬਾਰ ਡੁੱਬ ਗਏ, ਇਹ ਮੰਤਰੀਆਂ ਵਿਧਾਇਕਾਂ ਦੇ ਕਾਰੋਬਾਰ ਡੁੱਬਦਿਆਂ ਕਿਹੜਾ ਚਿਰ ਲੱਗਣਾ। ਸੋ ਜਿਹੜੀ ਸਰਕਾਰੀ ਨੌਕਰੀ ਆ, ਸਰਕਾਰੀ ਖਜ਼ਾਨੇ 'ਚ ਲੋਕਾਂ ਦੇ ਪੈਸੇ ਆਉਂਦੇ ਆ, ਉੱਥੋਂ ਥੋੜਾ ਜਿਹਾ ਹੱਕ ਰੱਖ ਛੱਡੀਏ। ਆਪਣੀਆਂ ਘਰੇ ਪੈਨਸ਼ਨਾਂ ਤੇ ਆਉਂਦੀਆਂ ਹੀ ਨੇ, ਪੈਨਸ਼ਨਾਂ ਤੇ ਆਉਂਦੀਆਂ ਹੀ ਨੇ MLA ਵਜੋਂ, ਮੰਤਰੀਆਂ ਵਜੋਂ। ਚਲੋ ਕੋਈ ਪਤਾ ਹੁੰਦਾ ਹੈ, ਇੱਕ ਅੱਧਾ ਜੀ ਹੋਰ ਸ਼ਾਮਿਲ ਕਰ ਦਈਏ। ਅੱਜ ਕੱਲ੍ਹ ਬਿਮਾਰੀਆਂ ਬੜੀਆਂ ਫੈਲੀਆਂ, ਕਿਸੇ ਜੀ ਦਾ ਕੋਈ ਭਰੋਸਾ ਥੋੜੀ ਆ, ਸਾਡਾ ਤੁਹਾਡਾ ਸਾਰਿਆਂ ਦਾ ਕਿਸੇ ਦਾ ਕੋਈ ਭਰੋਸਾ ਥੋੜੀ। ਇਹ ਦੂਰ ਦੀ ਕੌਡੀ ਆ, ਇਹ ਦੂਰ ਅੰਦੇਸ਼ੀ ਆ ਜਿਹਨਾਂ ਨੇ ਸੋਚਿਆ, ਨਿੱਠ ਕੇ ਸੋਚਿਆ। ਹੁਣ ਤੁਸੀਂ ਉਹਨਾਂ ਨੂੰ ਗਲਤ ਨਾ ਕਹੋ, ਲੇਕਿਨ ਇਹ ਗੱਲ ਜਿਹੜੀ ਤੁਸੀਂ ਕਹੀ ਆ ਕਿ ਉਹ ਕਹਿ ਸਕਦੇ ਆ ਅਸੀਂ ਤਾਂ ਸਮਰੱਥ ਹੈ ਜੀ, ਸਾਡੇ ਤੇ ਘਰੇ ਰੋਟੀ ਚੱਲਦੀ ਆ, ਜਿਹੜੇ ਲੋੜਵੰਦ ਹੈ ਉਹਨਾਂ ਨੂੰ ਦੇ ਦਿਓ। ਮਹਾਰਾਜਾ ਸਾਹਿਬ ਤੁਹਾਡਾ ਧੰਨਵਾਦ, ਤੁਸੀਂ ਸਾਡਾ ਖਿਆਲ ਰੱਖਿਆ, ਤੁਸੀਂ ਸਾਡੇ ਪੁਰਖਿਆਂ ਦੀ ਕਮਾਈ ਜਾਂ ਕੀਤੀ ਹੋਈ ਕੁਰਬਾਨੀ ਦਾ ਮੁੱਲ ਪਾਤਾ, ਸਾਡੇ ਲਈ ਇੰਨਾ ਹੀ ਬਹੁਤ ਆ ਕਿ ਤੁਸੀਂ ਸਾਡੇ ਲਈ ਸੋਚਦੇ ਹੋ, ਹਜ਼ੂਰ ਹੋ, ਮਾਈ ਬਾਪ ਹੋ। ਪਰ ਚਲੋ ਅਸੀਂ ਛੱਡਦੇ ਹਾਂ ਜੀ, ਕਿਸੇ ਹੋਰ ਨੂੰ ਦੇ ਦਿਓ, ਕਿਸੇ ਦਾ ਹੱਕ ਨਾ ਮਾਰਿਆ ਜਾਵੇ। ਸੋ ਗੱਲਾਂ ਤਾਂ ਬਹੁਤ ਆ ਸਰ ਘੁਮਾਉਣੀਆਂ, ਹੁਣ ਤਾਂ ਜਿੱਧਰ ਮਰਜ਼ੀ ਘੁਮਾ ਲਈਏ, ਪਰ ਪੰਜਾਬ ਨਹੀਂ ਜੇ ਘੁੰਮਦਾ, ਅੜ ਗਿਆ। ਹੁਣ ਇਹ ਕਹਿੰਦਾ ਕਿ ਰਾਹ ਆਹੀ ਜਾਂਦਾ ਜੇ ਨੱਕ ਦੀ ਸੇਧ ਵਾਲਾ, ਕੋਈ ਨੀ ਜੇ ਮੰਨਦਾ। ਇੰਜ ਲੱਗਦਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀ ਬਗਾਵਤ ਤੇ ਕਾਬੂ ਪਾ ਲਿਆ, ਮੰਤਰੀਆਂ ਨਾਲ ਮੀਟਿੰਗਾਂ ਹੋ ਗਈਆਂ, MLA ਸਾਰੇ ਮਿਲ ਗਏ, MP ਸਾਰੇ ਨਾਲ ਫੋਟੋਆਂ ਖਿਚਾ ਖਿਚਾ ਪਾਈ ਫਿਰਦੇ ਸੀ। ਇੰਜ ਲੱਗਿਆ ਪੰਜਾਬ 'ਚ ਇੱਕ ਵੀ ਬਾਗੀ ਸੁਰ ਨਹੀਂ ਸਿੱਧੂ ਨੂੰ ਛੱਡ ਕੇ, ਪ੍ਰਗਟ ਸਿੰਘ ਨੂੰ ਛੱਡ ਕੇ। ਲੇਕਿਨ ਇਹ ਕੀ ਭਾਣਾ ਵਰਤ ਗਿਆ ਹੈ, ਇਹ ਵੇਖੋ ਨਾ ਜੀ, ਓਵਰਨਾਈਟ ਫਿਰ ਪੰਗਾ ਪੈ ਗਿਆ। ਉੱਥੇ ਹੀ ਆ ਕੇ ਖੜੀ ਹੋਈ ਗੱਲ ਜਿੱਥੇ 1.5 ਮਹੀਨਾ ਪਹਿਲਾਂ ਖੜੀ ਸੀ। ਤੁਹਾਨੂੰ ਲੱਗਦਾ ਹੈ ਨਾ ਕੋਈ 60-70 ਚੱਲਦੀ ਹੈ ਨਾ, ਕੋਈ ਮਾੜਾ ਜਿਹਾ ਦੌਰ ਆ, ਕਿਤੇ ਕੋਈ ਧਾਗਾ ਤਵੀਤ ਕਰਾਉਣਾ ਚਾਹੀਦਾ, ਕਿਸੇ ਸਿਆਣੇ ਨੂੰ ਸਿਸਵਾਂ ਬੁਲਾ ਕੇ ਪੁੱਛਣਾ ਚਾਹੀਦਾ ਆਖਰ ਹੋ ਕੀ ਰਿਹਾ। ਉਹਨਾਂ ਨੇ ਤਾਂ ਆ ਮੀਟਿੰਗਾਂ ਮੂਟਿੰਗਾਂ ਹੁਣ ਸਰਕਾਰੀ ਰਿਹਾਇਸ਼ ਤੇ ਵੀ ਕਰ ਲਈਆਂ ਜਾ ਕੇ, ਦਿਨ ਫਿਰ ਵੀ ਨਹੀਂ ਮੁੜਦੇ, ਮੁੜਨੇ ਚਾਹੀਦੇ ਨਾ ਜੀ। ਨਹੀਂ ਬਿਲਕੁਲ ਠੀਕ ਕਹਿ ਰਹੇ ਹੋ, ਪਿਛਲੇ ਦਿਨਾਂ 'ਚ ਜਿਸ ਤਰੀਕੇ ਨਾਲ MLA ਦੇ ਨਾਲ ਕੈਪਟਨ ਸਾਹਿਬ ਨੇ ਰੋਟੀ ਖਾਧੀ, ਏਦਾਂ ਲੱਗਦਾ ਜਿੱਦਾਂ ਕੈਪਟਨ ਸਾਹਿਬ ਡੱਡੂ ਇਕੱਠੇ ਕਰਦੇ ਪਏ ਨੇ, ਵੀ 2 ਕੁ ਫੜਦੇ ਨੇ 4 ਨਿਕਲ ਜਾਂਦੇ ਨੇ, ਫਿਰ 4 ਫੜਦੇ ਨੇ ਫਿਰ 2 ਨਿਕਲ ਜਾਂਦੇ ਨੇ। ਉਹਨਾਂ ਦੇ ਨਾਲ ਤੇ ਇਹ ਹੋ ਰਿਹਾ ਹੈ ਕਿ ਰਾਜਾ ਵੜਿੰਗ ਉਹਨਾਂ ਹਜੇ ਕੈਪਟਨ ਦੇ ਪੱਖ 'ਚ ਹੀ ਭੁਗਤ ਰਹੇ ਸੀਗੇ ਕਾਫੀ ਦਿਨਾਂ ਤੋਂ ਕਹਿ ਰਿਹਾ ਮੈਂ, ਕਿਉਂਕਿ ਪਹਿਲੇ ਵੀ ਉਹ ਉਹਨਾਂ ਦੇ ਖਿਲਾਫ ਹੀ ਸੀਗੇ, ਪਰ ਕੁਛ ਦਿਨਾਂ ਤੋਂ ਏਦਾਂ ਲੱਗਦਾ ਸੀਗਾ ਵੀ ਉਹਨਾਂ ਦੇ ਪੱਖ 'ਚ ਭੁਗਤ ਰਹੇ ਨੇ। ਇਸ ਸਾਰੀ ਗੱਲਾਂ ਨੂੰ ਕੁਲਜੀਤ ਨਾਗਰਾ ਉਹਨਾਂ ਵੀ ਰਾਹੁਲ ਗਾਂਧੀ ਦੇ ਕਾਫੀ ਕਲੋਜ਼ ਮੰਨੇ ਜਾਂਦੇ ਨੇ, ਰਾਜਾ ਵੜਿੰਗ ਉਹਨਾਂ ਵੀ ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ ਔਰ ਰਾਹੁਲ ਗਾਂਧੀ ਦੇ ਕਲੋਜ਼ਨੈਸ ਕਿਸੇ ਤੋਂ ਛੁੱਪੀ ਨਹੀਂ ਹੈਗੀ। ਔਰ ਜਾਖੜ ਉਹਨਾਂ ਦਾ ਰਾਤੀ 9 ਵਜੇ ਤੋਂ ਬਾਅਦ ਏਦਾਂ ਦਾ ਬਿਆਨ ਛੱਡਣਾ, ਕਿਉਂਕਿ ਜਾਖੜ ਉਹਨਾਂ ਨੂੰ ਇਹ ਬਿਆਨ ਤੇ ਜਦ ਕੈਬਨਿਟ ਦਾ ਫੈਸਲਾ ਹੋਣ ਲੱਗਾ ਸੀਗਾ ਜਾਂ ਹੋ ਗਿਆ ਸੀਗਾ ਤਦ ਹੀ ਛੱਡ ਦੇਣਾ ਚਾਹੀਦੀ ਸੀਗਾ। ਇਹ ਕੱਲ ਰਾਤੀ 9 ਵਜੇ ਤੋਂ ਬਾਅਦ ਜਿਹੜੀ ਟਾਈਮਿੰਗ ਦੇਖੋ, ਜਿੱਦਾਂ ਬਿਲਕੁਲ ਤੁਸੀਂ ਰਾਜਾ ਵੜਿੰਗ ਨੂੰ ਦੇਖ ਲਓ, ਕੁਲਜੀਤ ਨਾਗਰਾ ਨੂੰ ਦੇਖ ਲਓ ਔਰ ਜਾਖੜ ਉਹਨਾਂ ਨੂੰ ਦੇਖ ਲਓ, ਇਹਨਾਂ ਨੂੰ ਕੋਈ ਹੈਲੋ ਹੋਲੋ ਦਿੱਲੀ ਤੋਂ ਜ਼ਰੂਰ ਹੋਈ ਹੈ, ਕੋਈ ਘੰਟੀ ਘੁੰਟੀ ਵੱਜੀ ਹੈ। ਉਸ ਤੋਂ ਬਾਅਦ ਇਹ ਜਾਗੇ ਨੇ ਔਰ ਜਾਗਣ ਤੋਂ ਬਾਅਦ ਜਾਖੜ ਉਹਨਾਂ ਨੇ ਰਾਤੀ 9:15 ਪ੍ਰੈਸ ਨੋਟ ਛੱਡਿਆ, ਕਿਉਂਕਿ ਆਉਣ ਵਾਲਾ PPCC ਪ੍ਰਧਾਨ ਵੀ ਇਸ ਮੁੱਦੇ ਨੂੰ ਚੱਕੇਗਾ ਜੇ ਉਹ ਸਿੱਧੂ ਹੈ। ਜੇ ਸਿੱਧੂ ਵੀ ਆਇਆ PPCC ਪ੍ਰਧਾਨ, ਜਿੱਦਾਂ ਅਟਕਲਾਂ ਪੋਲੀਟੀਕਲ ਸਰਕਲ ਦੇ ਵਿੱਚ ਚੱਲਦੀ ਪਈ ਹੈ ਕਿ ਬੜੀ ਛੇਤੀ ਸਿੱਧੂ ਨੂੰ PPCC ਪ੍ਰਧਾਨ ਲਾ ਦਿੱਤਾ ਜਾਏਗਾ, ਕਿ ਜਾਖੜ ਉਹਨਾਂ ਜਾਣ ਤੋਂ ਪਹਿਲੇ ਇੱਕ ਟੋਨ ਸੈੱਟ ਕਰਕੇ ਜਾ ਰਹੇ ਨੇ ਕਿ ਕੈਪਟਨ ਸਾਹਿਬ ਆਉਣ ਚੱਲੂ, ਬਈ ਜੇ ਤੁਸੀਂ ਕੋਈ ਫੈਸਲਾ ਫੂਸਲਾ ਗਲਤ ਲਿਆ ਤੇ ਤੁਹਾਨੂੰ PPCC ਦੇ ਪ੍ਰਧਾਨ ਤੋਂ ਵਿਰੋਧ ਸਹਿਣਾ ਹੀ ਪਏਗਾ। ਔਰ ਉਹ ਵਿਰੋਧ ਕੱਲ 9:30 ਨਿਕਲਿਆ ਔਰ ਲੱਗਦਾ ਇਹੀ ਹੈ ਕੁਲਜੀਤ ਨਾਗਰਾ, ਰਾਜਾ ਵੜਿੰਗ, ਫਿਰ ਜਾਖੜ, ਫਿਰ ਅੱਜ ਦੇਖੋ ਹੋਰ ਵੀ ਕਈ ਲੋਕੀ ਜਾਗਣਗੇ, ਹੋਰ ਵੀ ਕਈ ਲੋਕ ਕਹਿਣਗੇ ਜਿਹਨਾਂ ਨੂੰ ਰਾਤੀ ਲੇਟ ਘੰਟੀਆਂ ਵੱਜੀ ਹੋਣੀ ਹੈ। ਪਰ ਇਹ ਸਾਰਾ ਕੁਛ ਦਿੱਲੀ ਦੇ ਕਹਿਣ ਤੇ ਚੱਲ ਰਿਹਾ, ਏਦਾਂ ਜਾਪਦਾ ਜ਼ਰੂਰ ਹੈ, ਪਰ ਚਲੋ 2-3 ਦਿਨਾਂ ਦੇ ਵਿੱਚ ਫੈਸਲਾ ਜਾਂ ਤਸਵੀਰ ਸਾਫ਼ ਹੋ ਜਾਏਗੀ ਕਿ ਹੈ ਸਾਰਾ ਕੁਛ ਇਹਦੇ ਪਿੱਛੇ ਕੌਣ। ਗੱਲ ਆ ਮਿੱਤਰੋ ਕਿ ਭਾਸਕਰ ਸਾਹਿਬ ਨੇ ਸਾਡੀ ਪ੍ਰਾਣੀ ਕਰਮ ਭੂਮੀ ਦੂਰਦਰਸ਼ਨ ਜਾਣਾ ਥੋੜੀ ਦੇਰ ਬਾਅਦ, ਤੇ ਉਹ ਜਿਹੜਾ ਦੂਰਦਰਸ਼ਨ ਦਾ ਖਾਸ ਖਬਰ ਇੱਕ ਨਜ਼ਰ ਪ੍ਰੋਗਰਾਮ ਆ, ਉਹਦੇ ਵਿੱਚ ਗੱਲਾਂ ਕਰਨੀਆਂ ਨੇ ਆਪਾਂ, ਇਹਨਾਂ ਨੂੰ ਛੇਤੀ ਛੁੱਟੀ ਦੇਣੀ ਆ। ਪਰ ਮੈਂ ਭਾਸਕਰ ਸਾਹਿਬ ਜਿਹੜਾ ਮੁੱਦਾ ਤੁਸੀਂ ਛੇੜਿਆ ਤੇ ਅੱਗੇ ਵਧਣਾ, ਵਧਾਂਗੇ ਦੁਪਹਿਰੋਂ ਬਾਅਦ, ਉਹ ਮੈਂ ਹੋਰ ਖਬਰ ਨੂੰ ਪੁਖਤਾ ਕਰ ਲਾਂ। ਮੇਰੇ ਕੋਲ ਇੱਕ ਬਹੁਤ ਅਹਿਮ ਜਾਣਕਾਰੀ ਆ ਵੱਡੇ ਗਲਿਆਰਿਆਂ ਚੋਂ, ਉਹ ਦਿੱਲੀ ਵਾਲੇ ਗਲਿਆਰਿਆਂ ਚੋਂ, ਉੱਥੇ ਵੀ ਤਾਂ ਰਿਸ਼ਤੇ ਨਾਤੇ ਫਿਰਦੇ ਨੇ ਨਾ ਜੀ, ਪਤਾ ਲੱਗ ਹੀ ਜਾਂਦਾ, ਕੁਝ ਖਬਰਾਂ ਕੱਢਤੀਆਂ ਜਾਂਦੀਆਂ, ਕੁਝ ਖਬਰਾਂ ਛੁਪਾ ਲਈਆਂ ਜਾਂਦੀਆਂ। ਸੋ ਨਵਜੋਤ ਸਿੰਘ ਸਿੱਧੂ ਲਈ ਇੱਕ ਨਵਾਂ ਪ੍ਰਸਤਾਵ ਪੇਸ਼ ਹੋਇਆ ਤੇ ਉਹ ਪ੍ਰਸਤਾਵ ਦੇ ਵਿੱਚ PPCC ਦੀ ਪ੍ਰਧਾਨਗੀ ਬਿਲਕੁਲ ਨਹੀਂ ਗਈ, ਲੇਕਿਨ ਪ੍ਰਧਾਨਗੀ ਨਾਲੋਂ ਵੀ ਕੁਝ ਜ਼ਿਆਦਾ ਹੋ ਸਕਦਾ ਹੈ। ਵੱਖਰੀ ਗੱਲ ਆ ਕਿ ਸਿੱਧੂ ਉਹਨੂੰ ਪ੍ਰਵਾਨ ਕਰਦੇ ਕਿ ਨਹੀਂ ਕਰਦੇ। ਸੋ ਸਵਾਲ ਇਹ ਹੈ ਕਿ ਉਹਦੇ ਉੱਤੇ ਮੈਨੂੰ ਜ਼ਰਾ ਹੋਰ ਪੁਖਤਾ ਹੋ ਲੈਣ ਦਿਓ, ਤੇ ਉਦੋਂ ਤੱਕ ਭਾਸਕਰ ਸਾਹਿਬ ਦੂਰਦਰਸ਼ਨ ਦਾ ਗੇੜਾ ਗੂੜਾ ਮਾਰ ਆਉਂਦੇ ਆ, ਮੈਨੂੰ ਵੀ ਪੁਰਾਣੇ ਦਿਨ ਯਾਦ ਆ ਜਾਂਦੇ ਆ।
दिन बड़े चंगे सीगे ते बहुत रौनक होंदी सी। अजकल तो कोविड तो बाद दूरदर्शन दे विच भी सुन पसरी रहिंदी आ, हालांकि प्रोग्राम चंगे चलते आ, एप्रीशिएट करते हैं असीं उन्हां दे डायरैक्टर पनीत सहगल नूं ते बाकी सारिआं नूं। लेकिन मैं फिर मुद्दे ते आ जावां कि मौका सीगा फलाइंग सिख मिलखा सिंह दे संस्कार तो पहलां दा, कल शाम नूं कैप्टन अमरिंदर सिंह शरदा सुमन भेटकर उन्हां दे घर जांदे ने, दरते जांदे ने, ते उस तों बाद जदों वापस आउंदे आ उह मीडिया नूं अड्रैस करदे आ। शरदा भेंट करन तों बाद एक दूर खड़े जर्नलिस्ट वालों वड्डा सवाल सुट्टिया जांदा, वो अकालियां वालों इन्हां ते कीते हमले नूं लैके सीगा कि तुसीं गलत भर्तियां करतियां। लागों शायद राणा सोढी कहिंदे कि तुहानूं नहीं दिसदा अज किहो जिहे मौके ते कट्ठे होए, ये कोई सवाल आ? लेकिन कैप्टन अमरिंदर सिंह अपने सुभाअ दे उल्ट कहिंदे नहीं 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 कोई गल नहीं, मैं जवाब देंगा। की कहिंदे आ? तुसीं सुणिया ही होया, वो कहिंदे आ कि जे अकालियां कोल जां आम आदमी पार्टी कोल भी कोई इस तरह का पुराना उन्हां दा जिन्ने कुरबानी कीती होवे बंदा हैगा ते मैनूं दस दिओ, उन्हां दे वी असीं आश्रितां नूं ला देंगे। मैनूं ते कहिंदे कोई लभ्या नहीं, मैं झाती जरूर मारी सी कि पंजाब दे विच इह जिहड़ियां दो नौकरियां दित्तियां इस तों इलावा वी जे कोई रहिंदा है ते उहनूं वी दे दईए, क्योंकि असीं कौम लई देश लई कीतियां कुरबानियां दा मुल पाउणा ही पाउणा। मतलब उह साफ लफ्ज़ां च कह रहे आ कि जिथे किते वी कुरबानी होई आ, हुण तां फिर हजारां लोग मरे ने कि सारिआं नूं तुसीं उस तरां दीआं नौकरियां दे दिओगे कि इन्नियां असामियां साडे कोल हैगियां इन्हां वड्डे अहुदिआं लई, जां फिर वड्डे बंदिआं लई वड्डे अहुदे ही देणे जायज़ क्यों ने? इह सारे सवाल आ। लेकिन कैप्टन अमरिंदर सिंह ने जिहड़ा एजेंडा सैट करता सी कि इस मुद्दे ते मैं लड़न लई तैयार हाँ, ते हुण जे बैकफुट ते जाणा वी पिआ ते उह पछाण नहीं हटणगे। क्यों हटण? उह आपणे सिप्पा सलारां नूं कहणगे तुसीं हट जाओ ना लो, कोई गल नहीं, कोई होर एडजस्टमेंट हो जू, कोई चेयरमैनी भी मिल सकती है, कोई नामजदगी भी हो सकती है। जदों सरकार होंदी आ ते उदों माई बाप होंदी आ ते महाराजा होंदी, देखना यह होगा। भास्कर साहब इहदे ते तुहाडी टिप्पणी कि उस मौके ते भी उन्होंने अपनी गल कह ही दित्ती, हालांकि कहनी हो सकता तो मना भी कर सकते सी। तुसीं इस बयान दे विच जिहड़ा कैप्टन साहब ने कहा है कि जे आम आदमी पार्टी या होर भी पोलिटिकल पार्टियां दे विच किसी ने भी ऐदां दे सैक्रीफाइस दिते होण ते उन्हां दे भी मुंडियां नूं उन्हां दे भी बच्चियां नूं नौकरी देण वास्ते सी तैयार आ, उन्होंने इत्थे पोलिटिकल पार्टीज दा नां लिया, यानी उन्हां नूं डर सिर्फ यह लगता है कि यह मुद्दा सिर्फ पोलिटिकल पार्टीज चक रही है, जिहड़ी आम जनता दे विच यह मुद्दा जिहड़ा चल रहा है कैप्टन या कैप्टन सरकार दा क्रिटिसिजम हो रहा है उहदे उत्ते उन्हां दा बिल्कुल ध्यान नहीं है। अज भी जिहड़ा ट्रिब्यून दे विच खबर छपी है कि अनएम्पलॉयड यूथ ने सरकार ਨੂੰ ਇਸ ਮੁੱਦੇ ਤੇ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਹੈ ਕਿ ਵੀ ਇੱਕ ਪਾਸੇ ਤੁਸੀਂ ਟੀਚਰਾਂ ਨੂੰ, ਬੇਰੋਜ਼ਗਾਰ ਟੀਚਰਾਂ ਨੂੰ ਨੌਕਰੀ ਨਹੀਂ ਦੇ ਰਹੇ, ਇੱਕ ਪਾਸੇ ਕਾਫੀ ਸਾਰੇ ਮੁਲਾਜ਼ਮ ਵਰਗ ਪ੍ਰੋਟੈਸਟ ਕਰ ਰਹੇ ਨੇ, ਦੂਜੇ ਪਾਸੇ ਤੁਸੀਂ ਇਸ ਤਰ੍ਹਾਂ ਦੀ ਨੌਕਰੀਆਂ ਵੰਡ ਰਹੇ ਹੋ, ਰੇਵੜੀਆਂ ਵੰਡ ਰਹੇ ਹੋ, ਪੋਲੀਟੀਕਲ ਰੇਵੜੀਆਂ ਵੰਡ ਰਹੇ ਹੋ ਤੇ ਇਹਦਾ ਖਿਲਾਫਤ ਤੇ ਹਜੇ ਸ਼ੁਰੂ ਹੋਈ ਹੈ। ਅੱਜ ਤੁਸੀਂ 100% ਦੇਖਣਾ 2-4 ਹੋਰ MLA ਇਸ ਮੁੱਦੇ ਤੇ ਬੋਲਣਗੇ, MLA ਹੀ ਨਹੀਂ ਕੁਛ ਲੋਕ ਵੀ ਬਹੁਤ ਹੋਰ ਇਸ ਮੁੱਦੇ ਤੇ ਬੋਲਣਗੇ। ਜਦ ਅਸੀਂ ਅਗਲਾ ਦੁਪਹਿਰ ਦਾ ਪ੍ਰੋਗਰਾਮ ਜਦ ਹੋਰ 2-4 ਘੰਟੇ ਬਾਅਦ ਜਦ ਪ੍ਰੋਗਰਾਮ ਕਰਾਂਗੇ ਤਦ ਤੱਕ ਹੋਰ ਵੀ ਖਬਰਾਂ ਦੇ ਵਿੱਚ ਡਿਵੈਲਪਮੈਂਟ ਹੋ ਚੁੱਕੀ ਹੋਏਗੀ ਔਰ ਉਹ ਵਿਰੋਧ ਕੈਪਟਨ ਸਾਹਿਬ ਨੂੰ ਤੰਗ ਜ਼ਰੂਰ ਕਰੇਗਾ ਕਿ ਮੈਂ ਫੈਸਲਾ ਵਾਪਸ ਲਵਾਂ। ਰਾਤੀ ਜੇ ਉਹਨਾਂ ਨੇ ਟਵੀਟ ਕਰਤਾ ਕਿ ਵੀ ਮਤਲਬ ਹੀ ਨਹੀਂ, ਮੈਂ ਆਪਣਾ ਸਵਾਲ ਹੀ ਪੈਦਾ ਨਹੀਂ ਹੁੰਦਾ, ਮੈਂ ਇਸ ਫੈਸਲੇ ਨੂੰ ਵਾਪਸ ਲੈ ਲਾਂ, ਪਰ ਉਹ ਸ਼ਾਇਦ ਸਵੇਰੇ ਜਦ ਮਾੜੀ ਮੋਟੀ ਜਿਹੀ ਹੋਸ਼ ਆਏਗੀ ਕਿ ਵੀ ਚੱਲ ਕੀ ਰਿਹਾ, ਪੋਲੀਟੀਕਲ ਸਰਕਲ ਦੇ ਵਿੱਚ ਹੋ ਕੀ ਰਿਹਾ, ਤੇ ਸ਼ਾਇਦ ਉਹ ਆਪਣੇ ਡਿਸੀਜਨ ਨੂੰ ਰਾਤ ਵਾਲੇ ਟਵੀਟ ਨੂੰ ਦੁਬਾਰਾ ਪੜ੍ਹ ਕੇ ਦੇਖ ਕੇ ਰੀਟਵੀਟ ਕਰਨ। ਭਾਸਕਰ ਸਾਹਿਬ ਗੱਲ ਇੱਥੇ ਨਹੀਂ ਮੁੱਕਦੀ, ਗੱਲ ਤਾਂ ਇਹ ਹੈ ਕਿ ਬਠਿੰਡੇ ਵਾਲੇ ਪਾਸਿਓਂ ਜਦੋਂ ਰਾਜਾ ਵੜਿੰਗ ਨੇ ਸਿੱਧੇ ਜੇ ਹੋ ਕੇ ਗੱਲ ਕੀਤੀ ਨਾ, ਤੇ ਦੁੱਖ ਅੰਦਰ ਦੇ ਵੀ ਸੀਗੇ ਕਿ ਗਿੱਦੜਬਾਏ ਚ ਮਨਪ੍ਰੀਤ ਬਾਦਲ ਦੇ ਕਰੀਬੀਆਂ ਵੱਲੋਂ ਗੇੜੇ ਵੱਜਣੇ ਸ਼ੁਰੂ ਹੋ ਗਏ। ਕੈਪਟਨ ਅਮਰਿੰਦਰ ਸਿੰਘ ਨਾਲ ਕਾਫੀ ਵਾਰ ਉਹਨਾਂ ਸਹਿਮਤੀ ਜਤਾਈ ਸੀ ਰਾਜਾ ਵੜਿੰਗ ਨੇ, ਪਰ ਕੈਪਟਨ ਅਮਰਿੰਦਰ ਸਿੰਘ ਹੀ ਤਾਂ ਹੈ ਨੇ ਜਿਹੜੇ ਪੰਜਾਬ ਦੇ ਵਿੱਚ ਕਿਸੇ ਨੂੰ ਰੋਕ ਸਕਦੇ ਸੀ ਜਾਂ ਕਿਸੇ ਨੂੰ ਹਵਾ ਦੇ ਸਕਦੇ ਸੀ ਦੂਜੇ ਹਲਕੇ 'ਚ ਜਾਣ ਲਈ। ਜਿਵੇਂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਕਾਦੀਆਂ ਨੂੰ ਛੱਡ ਕੇ ਸਦਾ ਬਟਾਲੇ 'ਚ ਹੀ ਬੈਠੇ ਰਹੇ ਤੇ ਅਸ਼ਵਨੀ ਸੇਖੜੀ ਦੇ ਭਾਦੀ ਬਣੀ ਰਹੀ ਤੇ ਬੜੀ ਮੁਸ਼ਕਲ 'ਚ ਫਸੇ ਰਹੇ ਹੋ। ਇਸੇ ਤਰੀਕੇ ਨਾਲ ਜੇ ਮਨਪ੍ਰੀਤ ਬਾਦਲ ਗਿੱਦੜਬਾਏ ਜਾਂਦੇ ਸੀ ਤੇ ਉਹਨੂੰ ਰੋਕਣ ਦਾ ਜਾਂ ਉਹਨੂੰ ਹਵਾ ਦੇਣ ਦਾ ਕੰਮ ਵੀ ਸਿਰਫ ਕੈਪਟਨ ਅਮਰਿੰਦਰ ਹੀ ਕਰ ਸਕਦੇ ਸੀ। ਸੋ ਅੰਦਰਲੀ ਟੀਸ ਕਿਸੇ ਮੌਕੇ ਤੇ ਬਾਹਰ ਉੱਭਰ ਆਉਂਦੀ ਆ। ਰਾਜਾ ਵੜਿੰਗ ਤੇ ਇਹੋ ਜਿਹੇ ਹੋਰ ਬਹੁਤ ਸਾਰੇ ਜਿਨ੍ਹਾਂ ਨੂੰ ਗਾਹੇ ਬਗਾਹੇ ਥੋੜ੍ਹਾ ਬਹੁਤਾ ਸੇਕ ਲੱਗਿਆ ਹੁੰਦਾ ਤੇ ਉਹ ਫਿਰ ਆਪਣੀ ਜਿਹੜੀ ਰੋਲ ਦੀ ਆਪਣੀ ਜਿਹੜੀ ਭੂਮਿਕਾ ਹੈ ਉਹਨੂੰ ਨਿਰਧਾਰਿਤ ਕਰਦੇ ਰਹਿੰਦੇ ਆ ਕਿ ਕਿਹੜੇ ਮੌਕੇ ਤੇ ਕਿੱਦਾਂ ਦੀ ਭੂਮਿਕਾ 'ਚ ਆਉਣਾ। ਮੈਨੂੰ ਇੰਝ ਲੱਗਦਾ ਹੈ ਕਿ ਰਾਜਾ ਵੜਿੰਗ ਨੂੰ ਅਜੇ ਵੀ ਹਰਖ ਆ ਕਿ ਯਾਰ ਮੈਂ ਤਾਂ ਜਿਹੜਾ ਕੌਮੀ ਪ੍ਰਧਾਨ ਸੀਗਾ ਕਾਂਗਰਸ ਦਾ ਯੂਥ ਦਾ,
ਤੇ ਮੇਰੀ ਤਾਂ ਪੱਕੀ ਸੀਗੀ ਮਿਨਿਸਟਰਸ਼ਿਪ, ਕੌਣ ਰੋਕ ਗਿਆ? ਰਾਹੁਲ ਗਾਂਧੀ ਤਾਂ ਕਹਿੰਦਾ ਸੀ ਮੁੰਡੇ ਨੂੰ ਦਿਓ, ਕਿਉਂ ਨਹੀਂ ਦਿੱਤੀ? ਤੇ ਇਹ ਵੀ ਕਦੇ ਦਰਦ ਬੋਲ ਪੈਂਦੇ ਆ। ਇਹਦੇ ਉੱਤੇ ਜਾਂਦੇ ਜਾਂਦੇ ਟਿੱਪਣੀ ਕਰ ਜਾਓ ਕਿ ਇੱਦਾਂ ਦੇ ਉਹ ਪਰਲੇ ਬੰਨੇ। ਇੱਕ ਹੋਰ ਅਮਰਗੜ੍ਹ ਵੱਲੋਂ ਵਿਧਾਇਕ, ਮੈਂ ਨਾਂ ਭੁੱਲਦਾ ਜਾਂਦਾ, ਮਾਫੀ ਚਾਹੁੰਦਾ ਹੈ, ਤੁਸੀਂ ਜੇ ਲੈ ਸਕਦੇ ਤੇ ਲੈ ਦਿਓ, ਜਿਨ੍ਹਾਂ ਨੇ ਟਿਕਟ ਮਿਲਣ ਤੋਂ ਬਾਅਦ ਵੀ ਕਿਹਾ ਸੀ ਮੈਂ ਨਹੀਂ ਲੜਨੀ, ਚਾਹੀ ਇੰਨੀ ਲੇਟ ਦੇਣੀ ਹੈ, ਮੇਰਾ ਹੱਕ ਬਣਦਾ ਸੀਗਾ, ਬੜੇ ਦਲੇਰ ਜੇ ਬੰਦੇ ਆ। ਤੇ ਖੈਰ, ਹਾਂ ਸੁਰਜੀਤ ਮਾਨ, ਤੇ ਅਜੇ ਤਾਂ ਉਹ ਵੀ ਨਹੀਂ ਬੋਲੇ, ਬੋਲਣ ਵਾਲੇ ਤਾਂ ਬਹੁਤ ਆ, ਜੇ ਪ੍ਰਗਟ ਸਿੰਘ ਨਹੀਂ ਬੋਲੇ, ਚਲੋ ਉਹ ਨਾਮ ਹੀ ਬੋਲਣਗੇ ਤੇ ਪਤਾ, ਜਦੋਂ ਬੋਲਣਗੇ ਵਿਰੋਧ ਚ ਹੀ ਬੋਲਣਗੇ, ਇਹਨਾਂ ਦਾ ਕੁਛ ਏਡਾ ਵੱਡਾ ਕੈਪਟਨ ਦੇ ਮਨ ਤੇ ਅਸਰ ਨਹੀਂ ਆਉਂਦਾ। ਪਰ ਜਿਹੜਾ ਆ ਵੜਿੰਗ ਵਾਲੀ ਗੱਲ, ਜਾਂਦੇ ਜਾਂਦੇ ਟਿੱਪਣੀ ਕਰ ਦਿਓ ਕਿ ਦੁੱਖ ਤਾਂ ਬਥੇਰੇ ਪਰ ਦੱਸਣੇ ਨਹੀਂ ਯਾਰ ਨੂੰ, ਆਪੇ ਕਦੇ ਮਿਹਰ ਪੈ ਜੂ ਸੱਚੀ ਸਰਕਾਰ ਨੂੰ। ਵੜਿੰਗ ਉਹਨਾਂ ਦਾ ਤੇ ਮਨਪ੍ਰੀਤ ਬਾਦਲ ਦਾ ਤੇ ਸ਼ੁਰੂ ਤੋਂ ਛੱਤੀ ਦਾ ਅੰਕੜਾ ਰਿਹਾ, ਦੋਨੋਂ ਇੱਕ ਦੂਜੇ ਦੇ ਖਿਲਾਫ ਇਲੈਕਸ਼ਨ ਵੀ ਲੜਦੇ ਰਹੇ ਹੈ। ਜਦ ਪੀਪੀਪੀ ਵੱਲੋਂ ਆ ਲੜੇ ਸੀਗੇ ਮਨਪ੍ਰੀਤ ਬਾਦਲ ਹੋਣਾ, ਤੇ ਰਾਜਾ ਵੜਿੰਗ ਨੇ ਹੀ ਹਰਾਇਆ ਸੀ ਉਹਨਾਂ ਨੂੰ। ਹੁਣ ਗੱਲ ਹੈਗੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਘਰ ਐਮਐਲਏਆਂ ਦਾ ਇਕੱਠੇ ਹੋਣਾ, ਔਰ ਆਪਣੀ ਆਪਣੀ ਗੱਲ ਮਨਾਉਂਦੇ, ਕੋਈ ਨੌਕਰੀਆਂ ਆਪਣੇ ਬੱਚਿਆਂ ਵਾਸਤੇ ਲੈ ਕੇ ਆ ਰਿਹਾ, ਕੋਈ ਕੁਝ ਲੈ ਕੇ ਆ ਰਿਹਾ, ਏਦਾਂ ਲੱਗਦਾ ਜਿੱਦਾਂ ਕੈਪਟਨ ਸਾਹਿਬ ਜਿੱਥੇ ਕੋਠੀ ਦੇ ਵਿੱਚ ਕਿਸੇ ਨੂੰ ਵੜਨ ਨਹੀਂ ਦਿੰਦੇ ਸੀਗੇ, ਅੱਜ ਉਹਨਾਂ ਦੇ ਗੇਟ ਖੁੱਲੇ ਹੋਏ ਨੇ ਇਹਨਾਂ ਐਮਐਲਏਆਂ ਵਾਸਤੇ, ਔਰ ਉੱਥੇ ਕੋਈ ਅੰਬ ਦਾ ਪੇੜ ਲੱਗਿਆ, ਸਾਰੇ ਐਮਐਲਏ ਅੰਬ ਤੋੜ ਕੇ ਲੈ ਕੇ ਆਉਂਦੇ ਆ, ਵੀ ਜਿੱਦਾਂ ਪੰਜਾਬੀ ਚ ਕਹਿੰਦਾ ਵੀ ਤੂੰ ਕੀ ਲੈਣਾ, ਅੰਬ ਲੈਣੇ, ਹੁਣ ਅੰਬ ਲੈਣੀ ਜਾ ਰਹੇ ਨੇ ਐਮਐਲਏ ਉੱਥੇ, ਔਰ ਆਪਣੀ ਮਰਜ਼ੀ ਦਾ ਅੰਬ ਤੋੜ ਕੇ ਲੈ ਜਾਂਦੇ, ਕੋਈ ਨੌਕਰੀਆਂ ਦਾ ਅੰਬ ਤੋੜ ਕੇ ਲੈ ਕੇ ਆ ਜਾਂਦਾ, ਕੋਈ ਆਪਣੀ ਕੰਸਟੀਚੁਐਂਸੀ ਵਾਸਤੇ 10 ਕਰੋੜ 5 ਕਰੋੜ 2 ਕਰੋੜ ਕੁਛ ਨਾ ਕੁਛ ਲੈ ਕੇ ਹੀ ਆ ਰਹੇ ਨੇ। ਔਰ 4.5 ਸਾਲ ਬਾਅਦ ਜਿਹੜੇ ਦਰਵਾਜ਼ੇ ਮੋਤੀ ਮਹਿਲ ਦੇ ਖੁੱਲੇ ਨੇ ਜਾਂ ਫਿਰ ਸੀਐਮ ਰੈਜੀਡੈਂਸ ਦੇ ਖੁੱਲੇ ਨੇ, ਉਹਦੇ ਵਿੱਚ ਜਿੰਨੇ ਐਮਐਲਏ ਹੈਗੇ ਸਾਰਿਆਂ ਦੀ ਮੌਜਾਂ ਲੱਗੀ ਹੈ। ਅੱਜ ਦੀ ਡੇਟ 'ਚ ਤੁਹਾਨੂੰ ਕੁਛ ਵੀ ਚਾਹੀਦਾ ਜੇ ਤੁਸੀਂ ਕਾਂਗਰਸ ਦੇ ਐਮਐਲਏ ਹੋ, ਔਰ ਕੈਪਟਨ ਸਾਹਿਬ ਨੂੰ ਗਰੰਟੀ ਦਿੰਦੇ ਹੋ ਕਿ ਮੈਂ ਤੁਹਾਨੂੰ ਸਪੋਰਟ ਕਰਾਂਗਾ, ਤੁਸੀਂ ਕੁਛ ਵੀ ਲੈ ਸਕਦੇ। ਬਸ ਇੱਕ ਕੈਪਟਨ ਸਾਹਿਬ ਦੀ ਸ਼ਾਬਾਸ਼ ਦੇਣੀ ਬਣਦੀ, ਮੈਂ ਜਾਂਦਾ ਜਾਂਦਾ ਜ਼ਰੂਰ ਦੇ ਜੂੰਗਾ, ਵੀ ਅਸੀਂ ਜਰਨਲਿਜ਼ਮ 'ਚ ਲੋਕ ਜਿਹੜੇ, ਹਾਲਾਂਕਿ ਮੈਂ ਤਾਂ ਆਪਣੇ ਆਪ ਨੂੰ ਕਦੇ ਮੰਨਿਆ ਹੀ ਨਹੀਂ, ਅਸੀਂ ਤਾਂ ਪਿੰਡਾਂ ਤੋਂ ਆਉਂਦੇ ਹਾਂ ਤੇ ਭਾਸਕਰ ਸਾਹਿਬ ਵਰਗਿਆਂ ਨੂੰ ਵੇਖ ਵੇਖ ਸਿੱਖ ਕੇ, ਕੋਈ ਪੜ੍ਹਾਈ ਲਿਖਾਈ ਨਹੀਂ ਕੀਤੀ ਇਹੋ ਜੀ, ਪਰ ਮੈਨੂੰ ਇੰਝ ਲੱਗਦਾ ਹੈ ਕਿ ਯਾਰ ਜਦੋਂ ਅਸੀਂ ਤਿੱਖੀਆਂ ਗੱਲਾਂ ਵੀ ਕਰਦੇ ਹਾਂ, ਜ਼ਿਆਦਾ ਵੀ ਬੋਲਦੇ ਹਾਂ, ਤੇ ਉਹ ਬਰਦਾਸ਼ਤ ਕਰ ਜਾਂਦੇ ਆ। ਅਜੇ ਸਾਡੀ ਸਥਿਤੀ ਉਹ ਦੂਜੇ ਪ੍ਰਦੇਸ਼ਾਂ ਵਰਗੀ ਨਹੀਂ ਜਿੱਥੇ ਓਵਰਨਾਈਟ ਕਹਿੰਦੇ ਬੋਲਦੇ ਵੀ ਕਿਉਂ ਜੇ। ਕੈਪਟਨ ਅਮਰਿੰਦਰ ਸਿੰਘ ਨੂੰ ਇਹ ਅਜੇ ਤੱਕ ਸ਼ਾਬਾਸ਼ ਹੈ ਕਿ ਉਹਨਾਂ ਨੇ ਬੋਲਣ ਦੀ ਆਜ਼ਾਦੀ ਨੂੰ ਨੱਪਿਆ ਨੀਗਾ, ਲੇਕਿਨ ਇਹਦੀ ਖੁੱਲ ਹੋਰ ਦੇਣੀ ਚਾਹੀਦੀ ਆ। ਪੰਜਾਬ ਦੇ ਵਿੱਚ ਇੱਕ ਵੀ ਜਗ੍ਹਾ ਨਜਾਇਜ਼ ਨਾ ਹੋਵੇ, ਇਹ ਬਣਦਾ ਹੈ। ਪੋਲੀਟੀਸ਼ੀਅਨਸ ਨੂੰ ਥੋੜਾ ਜਿਹਾ ਆਪਣਾ ਹਿਰਦਾ ਵਿਸ਼ਾਲ ਕਰਨਾ ਚਾਹੀਦਾ, ਸਾਰਿਆਂ ਨੂੰ ਹੀ ਕਰਨਾ ਚਾਹੀਦਾ, ਔਰ ਪੰਜਾਬ ਦੀਆਂ ਜਿਹੜੀਆਂ ਵੈਲਿਊਜ਼ ਆ ਇਹਨਾਂ ਤੇ ਪਹਿਰਾ ਦੇਣਾ ਚਾਹੀਦਾ। ਖੈਰ ਉਹਨਾਂ ਦੇ ਘਰ ਦੀ ਲੜਾਈ ਆ, ਤੇ ਹੁਣ ਭਾਸਕਰ ਸਾਹਿਬ ਵੇਖ ਲਓ ਸ਼ਹਿਰੀ ਭਾਸ਼ਾ ਦੇ ਨਾਲ ਨਾਲ ਪੇਂਡੂ ਕਿੱਡੀ ਠੇਠ ਬੋਲਣ ਲੱਗੇ, ਅਖੇ ਅੰਬ ਲੈਣੇ। ਹੁਣ ਇਹ ਅੰਬ ਲੈਣੇ ਵਾਲਾ ਸ਼ਬਦ ਜੇ ਪਿੰਡ ਵਾਲਾ ਪੁੱਛੂਗਾ, ਕਹਿੰਦੇ ਜੀ ਭਾਸਕਰ ਸਾਹਿਬ ਨੂੰ ਪਤਾ ਹੈਗਾ ਵੀ ਇਹਦੇ ਅਰਥ ਕੀ ਆ, ਬਿਲਕੁਲ ਨਾ ਉੱਧਰ ਜਾਇਓ, ਸਾਡੀ ਭਾਵਨਾ ਨੇਕ ਆ ਤਾਂ ਨੇਕ ਹੀ ਰਹੂਗੀ, ਤੁਸੀਂ ਮਾਰੋ ਜੀ ਗੇੜਾ ਫਿਰ ਦੂਰਦਰਸ਼ਨ ਦਾ, ਬਹੁਤ ਮਿਹਰਬਾਨੀ। ਬਿਲਕੁਲ ਬਿਲਕੁਲ, ਦੁਬਾਰਾ ਮਿਲਦੇ ਹਾਂ ਜੀ, ਥੈਂਕ ਯੂ।